ਅੱਜ ਆਪਾਂ ਇੱਕ ਚੌਰਸ ਕਾਗਜ਼ ਤੋਂ ਇੱਕ ਖਰਗੋਸ਼ ਬਣਾਵਾਂਗੇ। ਕਾਗਜ਼ ਨੂੰ ਉਸਦੇ ਡਾਇਗਨਲ ਦੇ ਅਰਾਊਂਡ ਫੋਲਡ ਕਰੋ, ਉਸਨੂੰ ਖੋਲ੍ਹੋ ਅਤੇ ਦੂਜੇ ਡਾਇਗਨਲ ਦੇ ਅਰਾਊਂਡ ਫੋਲਡ ਕਰੋ। ਫਿਰ ਉਸਦੇ ਅੰਦਰ ਇੱਕ ਮਾਈਨਸ ਦੇ ਸਾਈਨ ਬਣਾਓ ਅਤੇ ਫਿਰ ਇੱਕ ਪਲੱਸ ਦਾ ਸਾਈਨ। ਹੁਣ ਇਸਨੂੰ ਇਸ ਤਰੀਕੇ ਨਾਲ ਫੋਲਡ ਕਰੋ ਤਾਂ ਕਿ ਇਸ ਤੋਂ ਚਾਰ ਕੋਨੇ ਬਾਹਰ ਆਉਣ। ਹੁਣ ਇੱਕ ਸਾਈਡ ਵਾਲੇ ਕੋਨੇ ਨੂੰ ਲੈ ਕੇ ਉੱਪਰ ਤੱਕ ਬਣਾਓ। ਇਸ ਤਰੀਕੇ ਨਾਲ ਆਪਾਂ ਇੱਕ ਵਾਟਰ ਬੇਸ ਬਣਾ ਰਹੇ ਹਾਂ। ਕੋਨਿਆਂ ਨੂੰ ਲੈ ਕੇ ਉਸ ਦੋ ਕੋਨੇ ਨੂੰ ਉਸ ਦੇ ਅੱਧ ਤੱਕ ਲੈ ਕੇ ਜਾਓ। ਹੁਣ ਇੱਕ ਸਾਈਡ ਵਾਲੇ ਕੋਨੇ ਨੂੰ ਉਸਦੇ ਅੰਦਰ ਇੱਕ ਖਾਲੀ ਜਗ੍ਹਾ ਵਾਲੇ ਕੋਨੇ ਵਿੱਚ ਭਰੋ। ਇਸ ਤਰੀਕੇ ਨਾਲ ਦੂਜੇ ਕੋਨੇ ਨਾਲ ਵੀ ਕਰੋ। ਖਾਲੀ ਜਗ੍ਹਾ ਦੇ ਅੰਦਰ ਉਂਗਲ ਪਾ ਕੇ ਕੋਨੇ ਨੂੰ ਉਸਦੇ ਅੰਦਰ ਪਾਓ। ਹੁਣ ਇਸਨੂੰ ਉਲਟਾ ਕਰੋ ਅਤੇ ਵਿਚਕਾਰ ਵਾਲੀ ਲਾਈਨ ਦੇ ਦੌਰਾਨ ਦੋ ਕੋਨਿਆਂ ਨੂੰ ਦਿਖਾਏ ਹੋਏ ਤਰੀਕੇ ਨਾਲ ਫੋਲਡ ਕਰੋ। ਹੁਣ ਨੀਚੇ ਵਾਲੇ ਕੋਨਿਆਂ ਨੂੰ ਇਸ ਤਰੀਕੇ ਨਾਲ ਫੋਲਡ ਕਰੋ ਤਾਂ ਕਿ ਇੱਕ ਬੋਟ ਬਣ ਜਾਵੇ ਅਤੇ ਜਿਵੇਂ ਦਿਖਾਇਆ ਹੈ ਉਵੇਂ ਨੀਚੇ ਵਾਲੇ ਦੋ ਕੋਨੇ ਫੋਲਡ ਕਰੋ। ਹੁਣ ਉਹਨਾਂ ਦੋਨਾਂ ਨੂੰ ਉੱਪਰ ਚੱਕੋ ਅਤੇ ਤੁਸੀਂ ਦੇਖ ਸਕਦੇ ਹੋ ਕਿ ਖਰਗੋਸ਼ ਦਾ ਮੂੰਹ ਤਿਆਰ ਹੋ ਗਿਆ ਹੈ ਅਤੇ ਕੰਨ ਬਾਹਰ ਆ ਰਹੇ ਹਨ। ਇਸ ਨੂੰ ਵਾਟਰ ਬੇਸ ਕਹਿੰਦੇ ਹਨ। ਹੁਣ ਸਾਹਮਣੇ ਬਣੀ ਮੋਰੀ ਵਿੱਚ ਹਵਾ ਭਰੋ ਅਤੇ ਤੁਹਾਡਾ ਖਰਗੋਸ਼ ਤਿਆਰ ਹੈ। ਇਸ ਨੂੰ ਥੋੜ੍ਹਾ ਸੋਹਣਾ ਬਣਾਉਣ ਲਈ ਤੁਸੀਂ ਇਸ ਦੇ ਮੂੰਹ ਦੇ ਉੱਤੇ ਕੁਝ ਕਾਗਜ਼ ਲਗਾ ਸਕਦੇ ਹੋ। ਅਤੇ ਦੋ ਅੱਖਾਂ ਵੀ ਚਿਪਕਾ ਸਕਦੇ ਹੋ। ਤੁਹਾਡਾ ਖਰਗੋਸ਼ ਤਿਆਰ ਹੈ। ਇਹ ਬਹੁਤ ਹੀ ਮੋਟਾ ਅਤੇ ਫੁੱਲਿਆ ਹੋਇਆ ਖਰਗੋਸ਼ ਹੈ। ਇਸੇ ਤਰੀਕੇ ਨਾਲ ਤੁਸੀਂ ਹੋਰ ਵੀ ਖਰਗੋਸ਼ ਵੀ ਬਣਾ ਸਕਦੇ ਹੋ। ਇਹਨਾਂ ਨੂੰ ਤੁਸੀਂ ਇਹਨਾਂ ਦੀ ਅਸਲੀ ਜਗ੍ਹਾ 'ਤੇ ਵੀ ਰੱਖ ਸਕਦੇ ਹੋ।